2022 ਦੇ ਵਿੱਚ ਇੱਕ ਪ੍ਰੋਟੈਸਟ ਕਰਦੇ ਨੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਜਦੋਂ ਔਰਸਨੀ ਕੈਂਪ ਦੀ ਪੱਗ ਉਤਰਦੀ ਆ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਛੋਟਾ ਹਾਤੀ ਦੇ ਨਾਮ ਤੇ ਵੀ ਨਾਮਕਰਨ ਕਰਦੇ ਨੇ ਭਾਰਤੀ ਜਨਤਾ ਪਾਰਟੀ ਸਾਡੀ ਸਰਕਾਰ ਆ ਜੇ ਕੋਈ ਫੰਡ ਆਊਗਾ ਤੁਸੀਂ ਆਪਣੇ ਬੰਦੇ ਦੇਵਾਂਗੇ ਉਸ ਟਾਈਮ ਵੀ ਕਾਂਗਰਸ ਦੇ ਵਿੱਚ ਸੀਗੇ ਹੋਰ ਦੂਜੇ ਨੂੰ ਕਿਸੇ ਨੂੰ ਫੰਡ ਨਹੀਂ ਮਿਲੂਗਾ ਇਸੇ ਕਰਕੇ ਰਵਨੀਤ ਸਿੰਘ ਬਿੱਟੂ ਨੇ ਸਹੀ ਦੇ ਕੇ ਨਾਲ ਲੋਕਾਂ ਵਾਸਤੇ ਕੰਮ ਨਹੀਂ ਕਰ ਪਾਇਆ ਜੀ ਸਾਡੇ ਪਾਰਟੀ ਦੇ ਮੁਖੀ ਜਰ ਨੂੰ ਪਾਰਟੀ 'ਚ ਲੈ ਕੇ ਆ ਰਹੇ ਆ ਮੈਂ ਹੁਣ ਮੰਨਾਂ ਨਾ ਤੇ ਉਹਦਾ ਕੋਈ ਫਰਕ ਨਹੀਂ ਪੈਣ ਲੱਗਾ ਮੇਰੇ ਨਾਲ ਅੱਜ ਮੌਜੂਦ ਨੇ ਸਨੀ ਕੈਂਥ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਸਨੀ ਜੀ ਰਮਨੀ ਸਿੰਘ ਬਿੱਟੂ ਆਗਨੇ ਬੀਜੇਪੀ ਚ ਤੁਸੀਂ ਬੀਜੇਪੀ ਚ ਸੀਗੇ ਤੁਹਾਡਾ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿ ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਸੀਂ ਪ੍ਰੋਟੈਸਟ ਕੀਤਾ ਸੀਗਾ ਰਮਨੀ ਸਿੰਘ ਬਿੱਟੂ ਦੇ ਖਿਲਾਫ ਔਰ ਤੁਹਾਡੀ ਪੱਗ ਉਤਰੀ ਸੀ ਦੇਖੋ ਸਾਡੀ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਕੇ ਉਹ ਆ ਪਾਰਟੀ 'ਚ ਆਏ ਆ ਤੇ ਮੈਂ ਤਾਂ ਸਮਝਦਾ ਵੀ ਹੋਰ ਵੀ ਬੰਦੇ ਆਉਣੇ ਚਾਹੀਦੇ ਸਾਡੀ ਪਾਰਟੀ ਦੀ ਵਿਚਾਰਧਾਰਾ ਨਾਲ ਕੋਈ ਜੁੜਦਾ ਤਾਂ ਚੰਗੀ ਗੱਲ ਕਿਉਂ ਨਹੀਂ ਚੰਗੀ ਗੱਲ ਪਰ ਜੇ ਜੋ ਹੋਇਆ ਮੈਂ ਤਾਂ ਲੋਕਾਂ ਦੀ ਲੜਾਈ ਲੜਨ ਨੂੰ ਗਿਆ ਸੀ ਲੋਕਾਂ ਦੇ ਕਰਕੇ ਕਰੋਨਾ ਕਾਲ ਚੱਲ ਰਿਹਾ ਸੀਗਾ ਤੇ ਵੈਂਟੀਲੇਟਰਸ ਦੀ ਘਾਟ ਸੀਗੀ ਲੋਕ ਮਰ ਰਹੇ ਸੀ ਸਿਵਲ ਹਸਪਤਾਲ ਦੇ ਵਿੱਚ ਨਹੀਂ ਲੋਕਾਂ ਦਾ ਇਲਾਜ ਹੋ ਰਿਹਾ ਸੀ ਐਮਪੀ ਸਾਹਿਬ ਉਦੋਂ ਲੁਧਿਆਣੇ ਦੇ ਐਮਪੀ ਸੀਗੇ ਤੇ ਇਹਨਾਂ ਦਾ ਫਰਜ਼ ਬਣਦਾ ਸੀਗੀ ਵੀ ਆਪਣੇ ਵੀ ਆਪਣੇ ਗ੍ਰਾਂਟ ਰਹੀ ਉਹਨਾਂ ਨੂੰ ਸਿਵਲ ਹਸਪਤਾਲ ਦੇ ਵੈਂਟੀਲੇਟਰ ਮਹਿੰਗਾ ਕਰਾਣ ਤਾਂ ਕਿ ਲੋਕੀ ਆਰਾਮ ਦੀ ਜ਼ਿੰਦਗੀ ਜੀ ਸਕਣ ਜਾਂ ਲੋਕੀ ਮਰਨ ਇਹ ਪ੍ਰੋਟੈਸਟ ਅਸੀਂ ਕੀਤਾ ਸੀਗਾ ਸੋ ਮੇਰਾ ਕੋਈ ਨਿੱਜੀ ਨਰੀ ਸਿੰਘ ਬਿੱਟੂ ਜੀ ਨਾਲ ਰੌਲਾ ਉਦੋਂ ਵੀ ਨਹੀਂ ਸੀ ਨਾ ਮੇਰਾ ਅੱਜ ਕੋਈ ਰੌਲਾ ਆਇਆ ਮੈਂ ਇੱਕ ਲੋਕਨ ਸਾਹਬ ਪਾਰਟੀ ਦੇ ਵਿੱਚ ਉਸ ਟਾਈਮ ਸੀਗਾ ਤੇ ਉਹਨਾਂ ਦੇ ਮੈਂ ਇੱਕ ਐਜ਼ ਅ ਪਾਰਟੀ ਦਾ ਕਾਰਜਕਰਤਾ ਹੋ ਕੇ ਅਸੀਂ ਲੋਕਾਂ ਦਾ ਆਵਾਜ਼ ਚੱਕੀ ਸੀ ਤੇ ਮੇਰੇ ਉੱਪਰ ਉਹ ਅਟੈਕ ਹੋਇਆ ਉਹ ਕਿਦਾਂ ਹੋਇਆ ਕਿਦਾਂ ਨਹੀਂ ਹੋਇਆ ਇਹ ਤਾਂ ਹੁਣ ਮੈਂ ਸਮਝਦਾ ਵੀ ਐਮਪੀ ਸਾਹਿਬ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਬਿੱਟੂ ਜੀ ਉਹੀ ਦੱਸ ਸਕਦੇ ਆ ਤੁਹਾਨੂੰ ਬਖੂ ਚਲੋ ਹੁਣ ਆ ਦੱਸ ਦੋ ਕਿ ਪਹਿਲਾਂ ਤਾਂ ਐਮਪੀ ਸੀਗੇ ਸੀਗੇ ਲੁਧਾਨੇ ਸ਼ਹਿਰ ਦੇ ਹੁਣ ਸਣੀ ਕਹੈਂ ਤੁਹਾਨੂੰ ਐਮਪੀ ਮੰਦਵ ਦੇਖੋ ਸਾਡੀ ਪਾਰਟੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੂੰ ਜੁਆਇਨ ਕਰਾਇਆ ਉਹ ਲੈ ਕੇ ਆਂਦਾ ਅਮਿਸ਼ਾ ਜੀ ਲੈ ਕੇ ਆਂਦਾ ਮੈਂ ਕਿੱਦਾਂ ਡਰਾਈ ਕਰਦਾ ਜੇ ਸਾਡੀ ਪਾਰਟੀ ਦੇ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਪਾਰਟੀ ਦੇ ਮੁਖੀ ਜਿਹੜਾ ਉਹਨੂੰ ਪਾਰਟੀ 'ਚ ਲੈ ਕੇ ਆ ਰਹੇ ਆ ਤੇ ਮੈਂ ਹੁਣ ਮੰਨਣਾ ਨਾ ਤੇ ਨਾ ਉਹ ਕੋਈ ਫਰਕ ਨਹੀਂ ਪੈਂਦਾ ਸਾਡਾ ਫਰਜ਼ ਕੀ ਬਣਦਾ ਆ ਅਸੀਂ ਸਕਾਰੇ ਕਰਤਾ ਆ ਸੰਗਠਨ ਨਾਲ ਜੁੜੇ ਆ ਸਾਡਾ ਫਰਜ਼ ਬਣਦਾ ਸਾਡੇ ਵਿੱਚ ਜੇ ਉਹਨਾਂ ਨੂੰ ਕਿਸੇ ਨੇ ਵੀ ਭੇਜ ਦੇ ਬਿੱਟੂ ਜੀ ਦਾਵਾ ਕਿਸੇ ਹੋਰ ਨੂੰ ਵੀ ਭੇਜ ਦੇ ਸਾਡਾ ਫਰਜ਼ ਆ ਸੀ ਝੰਡਾ ਚੱਕ ਕੇ ਆਪਣੀ ਪਾਰਟੀ ਦੀ ਗੱਲ ਕਰਨੀ ਝੰਡਾ ਚੱਕ ਕੇ ਆਪਣੀ ਪਾਰਟੀ ਵਾਸਤੇ ਵੋਟਾਂ ਮੰਗਣੀਆਂ ਹੁੰਦੀਆਂ ਨੇ ਵਾਸਤੇ ਤੁਸੀਂ ਤੁਸੀਂ ਇੱਕ ਗੱਲ ਕਹਿ ਰਹੇ ਹੋ ਕਿ ਤੁਹਾਡੇ ਨਾਲ ਮੰਨਣ ਨਾਲ ਮੰਨਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹਦਾ ਮੈਂ ਕਿ ਤੁਹਾਡੀ ਕੋਈ ਵੈਲਿਊ ਨਹੀਂ ਪਾਰਟੀ ਤੁਹਾਨੂੰ ਉਸ ਨਿਗਾ ਨਾਲ ਜਾਂ ਉਸ ਐਮੇਤ ਉਹ ਐਮੇਤ ਨਹੀਂ ਦਿੰਦੀ ਕਿਸੇ ਵੀ ਵਰਕਰ ਨੂੰ ਜਿਹੜੀ ਐਮੇਤ ਇੱਕ ਵਰਕਰ ਦੀ ਹੋਣੀ ਚਾਹੀਦੀ ਹੈ। ਇਹ ਕੋਈ ਇਹ ਗੱਲ ਨਹੀਂ ਹੈ ਗੱਲ ਚਲੋ ਤੁਸੀਂ ਗੱਲ ਘੁਮਾ ਰਹੇ ਹੋ ਤਾਂ ਥੋੜੀ ਤੁਸੀਂ ਤੁਹਾਡੇ ਤੇ ਡਿਪੈਂਡ ਹੈ। ਜੇ ਪਾਰਟੀ ਦੇ ਵਿੱਚ ਜੇ ਮੇਰੀ ਐਮੇਤ ਹੁੰਦੀ ਤਾਂ ਅੱਜ ਪਾਰਟੀ ਨੇ ਮੈਨੂੰ ਸਭ ਤੋਂ ਅਹਿਮ ਅਹੁਦਾ ਜਿਹੜਾ ਜਨਰਲ ਸਕੱਤਰ ਦਾ ਹੁੰਦਾ ਉਹ ਮੈਨੂੰ ਦਿੱਤਾ ਹੈ। ਕਿਉਂਕਿ ਜਨਰਲ ਸਕੱਤਰ ਇਸ ਪਾਰਟੀ ਦੇ ਵਿੱਚ ਜਿਹੜਾ ਸਰ ਸਰ ਤੁਸੀਂ ਕਹਿ ਰਹੇ ਤੁਸੀਂ ਤੁਹਾਡੇ ਵਰਡ ਹੈ। ਤੁਸੀਂ ਹੁਣ ਹੁਣੇ ਜਸਟ ਇੱਕ ਕੁਝ ਸੈਕਿੰਡ ਪਹਿਲਾਂ ਹੀ ਕਿਹਾ ਕਿ ਹਟੇ ਹੋ। ਕਿ ਮੇਰੇ ਮੰਨਨ ਲਾਲ ਨਾਲ ਨਾ ਮੰਨਨ ਲਾਲ ਕੋਈ ਫਰਕ ਨਹੀਂ ਪੈਂਦਾ ਮੈਂ ਇਹ ਕਹਿ ਰਿਹਾ ਪਾਰਟੀ ਨੇ ਸਾਡੇ ਸਾਡੇ ਪਾਰਟੀ ਦੇ ਮੁਖੀ ਨੇ ਜੇਪੀ ਨੱਡਾ ਜੀ ਨੇ ਉਹਨਾਂ ਨੂੰ ਜੁਆਇਨ ਕਰਾਇਆ ਸ਼੍ਰੀ ਨਰਿੰਦਰ ਮੋਦੀ ਦੀ ਪਾਲਿਸੀਜ਼ ਨਾਲ ਉਹਨਾਂ ਦੀ ਵਿਚਾਰਧਾਰਾ ਨਾਲ ਜੁੜ ਕੇ ਆਏ ਆ ਤੇ ਸਾਡਾ ਫਰਜ਼ ਇਹ ਬਣਦਾ ਵੀ ਅਸੀਂ ਉਹਨਾਂ ਦਾ ਸਾਥ ਦਈਏ ਚਾਹੇ ਕੋਈ ਵੀ ਹੁੰਦਾ ਮੈਂ ਆ ਕਹਿ ਰਿਹਾ ਕੋਈ ਵੀ ਹੁੰਦਾ ਚਾਹੇ ਬਿੱਟੂ ਜੀ ਕਹਿੰਦੇ ਕੋਈ ਵੀ ਬੰਦਾ ਹੁੰਦਾ ਸਾਡਾ ਫਰਜ਼ ਐਜ਼ ਇੱਕ ਕਾਰਜਕਰਤਾ ਬਣਦਾ ਜੀ ਛੰਡਾ ਜਾ ਕੇ ਉਹਨਾਂ ਵਾਸਤੇ ਲੜਾਈ ਲੜਨੀ ਹੈ ਉਹਨਾਂ ਵਾਸਤੇ ਵੋਟਾਂ ਮੰਗਣੀਆਂ ਨੇ ਸੋ ਇਹ ਤੁਸੀਂ ਉਹ ਗੱਲ ਨੂੰ ਘਮਾ ਲਓ ਚਾਹੇ ਮੰਨਨ ਨਾ ਮੰ ਕਿ ਉਹ ਸੰਸਦ ਸੀਗੇ ਤੇ ਉਹਨਾਂ ਨੇ ਸਹੀ ਤੇ ਕਿਹਣਾ ਕੰਮ ਨਹੀਂ ਕੀਤਾ ਜੋ ਤੁਸੀਂ ਕਹਿ ਰਹੇ ਹੋ ਕਿ ਵੈਲਟ ਇੰਟਰ ਉਹ ਲਿਆ ਕੇ ਦੇ ਸਕਦੇ ਸੀਗੇ ਇਸੀ ਚੀਜ਼ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕੀਤਾ ਲੱਗਦਾ ਵਾ ਕਿ ਪਿਛਲੇ 5 ਸਾਲਾਂਾਂ ਚ ਰਮਨੀ ਸਿੰਘ ਬਿੱਟੂ ਨੇ ਕਾਂਗਰਸ 'ਚ ਰਹਿ ਕੇ ਕੰਮ ਨਹੀਂ ਕੀਤਾ ਹੋ ਹੀ ਨਹੀਂ ਪਾਣਾ ਸੀਗਾ ਜੀ ਕੰਮ ਕਿੱਦਾਂ ਕਰਦੇ ਸਰਕਾਰ ਤਾਂ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਦੀ ਆ ਤੇ ਜੇ ਕੋਈ ਪੈਸਾ ਉਤੋਂ ਆਉਂਦਾ ਆ ਤੇ ਅਸੀਂ ਭਾਰਤੀ ਜਨਤਾ ਪਾਰਟੀ ਸਾਡੀ ਸਰਕਾਰ ਆ ਜੇ ਕੋਈ ਫੰਡ ਆਊਗਾ ਤੁਸੀਂ ਆਪਣੇ ਬੰਦੇ ਨਵਾਗੇ ਉਸ ਟਾਈਮ ਇਹ ਕਾਂਗਰਸ ਦੇ ਵਿੱਚ ਸੀਗੇ ਕਹਿਣ ਦਾ ਮਤਲਬ ਕਿ ਜੇਕਰ ਲੋਕਾਂ ਨੇ ਉਹਨਾਂ ਨੂੰ ਸੰਸਦ ਬਣਾਇਆ ਇਹ ਚੀਜ਼ ਦੀ ਕੋਈ ਐਮੇਤ ਨਹੀਂ ਰੱਖਦੀ ਜੇਕਰ ਕੇਂਦਰ ਚ ਸਰਕਾਰ ਜਿਹਦੀ ਹੋਊਗੀ ਉਹਨੂੰ ਹੀ ਫੰਡ ਮਿਲੂਗਾ ਹੋਰ ਦੂਜੇ ਨੂੰ ਕਿਸੇ ਨੂੰ ਫੰਡ ਨਹੀਂ ਮਿਲੂਗਾ ਇਸੇ ਕਰਕੇ ਰਵਨੀਤ ਸਿੰਘ ਬਿੱਟੂ ਨੇ ਸਹੀ ਤਿੱਕੇ ਨਾਲ ਲੋਕਾਂ ਵਾਸਤੇ ਕੰਮ ਨਹੀਂ ਕਰ पाए ਦੇਖੋ ਇਹ ਤਾਂ ਜਦੋਂ ਕਿਸੇ ਦੀ ਕੇਂਦਰ ਸਰਕਾਰ ਹੁੰਦੀ ਹੈ ਤੇ ਉਸੇ ਸਰਕਾਰ ਦਾ ਜੇ ਉਸ ਜ਼ਿਲ੍ਹੇ ਦੇ ਵਿੱਚ ਐਮਪੀ ਹੋਊਗਾ ਤੇ ਆਬਵੀਅਸ ਆ ਵੀ ਕੇਂਦਰ ਸਰਕਾਰ ਉਹਨੂੰ ਪ੍ਰੇਫਰੈਂਸ ਦੇਊਗੀ ਹੁਣ ਕੀ ਹੁੰਦਾ ਕੇਂਦਰ ਸਰਕਾਰ ਨੇ ਬਹੁਤ ਸਾਰਾ ਪੈਸਾ ਲੁਧਿਆਣੇ ਚ ਭੇਜਿਆ ਬਹੁਤ ਸਾਰੇ ਸਾਰੇ ਜ਼ਿਲ੍ਹਿਆਂ ਵਿੱਚ ਭੇਜਦੇ ਆ ਪਰ ਲੱਗਦਾ ਕਿੱਥੇ ਆ ਜਿਹੜੀਆਂ ਪਾਰਟੀਆਂ ਪੰਜਾਬ ਦੇ ਵਿੱਚ ਜਿਹੜੀਆਂ ਇੱਥੇ ਹੁਣ ਕਾਬਜ ਨੇ ਉਹ ਕੇਂਦਰ ਦਾ ਪੈਸਾ ਕਿਸੇ ਹੋਰ ਪਾਸੇ ਡਾਇਵਰਟ ਕਰ ਰਹੇ ਆ ਚਾਹੇ ਉਹ ਛਾੜੋ ਚਾਹੇ ਇੰਡਾਇਰੈਕਟਲੀ ਇੰਡਾਇਰੈਕਟਲੀ ਤੁਸੀਂ ਇੱਕ ਚੀਜ਼ ਕਹਿ ਰਹੇ ਹੋ ਕਿ ਭਾਜਪਾ ਨੇ ਆਪਣੇ ਜਿਹੜੇ ਜਿੱਤੇ ਹੋਏ ਐਮਪੀ ਸੀਗੇ ਜਿਹੜੇ ਵੀ ਸੀਗੇ ਜਿਸੇ ਵੀ ਕਿਸੇ ਵੀ ਪਾਰਟੀ ਤੋਂ ਉਹਨਾਂ ਨੂੰ ਫੰਡ ਨਹੀਂ ਦਿੱਤਾ ਇਸ ਕਰਕੇ ਉਹ ਆਪਣੇ ਹਲਕੇ ਦੀ ਵਿਕਾਸ ਨਹੀਂ ਕਰ ਪਾਇਆ ਨਹੀਂ ਮੈਂ ਮੈਂ ਕਹ ਰਿਹਾ ਭਾਜਪਾ ਨੇ ਦੇਖੋ ਭਾਜਪਾ ਦਾ ਜਿਹੜਾ ਕੋਈ ਕਾਰਜਕਰਤਾ ਕੋਈ ਐਮਪੀ ਆ ਤਾਂ ਕਿਉਂ ਨਾ ਭਾਜਪਾ ਉਹਨਾਂ ਨੂੰ ਫੰਡ ਦਊਗੀ ਪਰ ਜਦੋਂ ਸਰਕਾਰ ਦੀ ਗੱਲ ਆ ਅੱਜ ਪੰਜਾਬ ਦੇ ਦੂਜੀ ਪਾਰਟੀ ਨੂੰ ਨਹੀਂ ਦੋਗੇ ਦੂਜੀ ਪਾਰਟੀ ਦਾ ਬੇਸ਼ੱਕ ਲੋਕਾਂ ਨੇ ਜਿੱਤ ਕੇ ਸੰਸਦ ਚ ਭੇਜਦਾ ਵੈ ਪਰ ਉਹਨੂੰ ਫੰਡ ਨਹੀਂ ਮਿਲੂਗਾ ਉਹ ਆਪਣੇ ਇਲਾਕੇ ਦਾ ਵਿਕਾਸ ਨਹੀਂ ਕਰੂਗਾ ਮੈਂ ਉਹੀ ਤੁਹਾਨੂੰ ਦੱਸ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ ਇਹ ਸ ਕੇਂਦਰ ਸਰਕਾਰ ਆ ਜਿਹੜੀ ਪੈਸਾ ਭੇਜਦੀ ਆ ਪੰਜਾਬ ਦੇ ਵਿਕਾਸ ਵਾਸਤੇ ਉਹ ਪੰਜਾਬ ਦਾ ਜਿਹੜਾ ਪੈਸਾ ਆ ਕਿਸੇ ਹੋਰ ਪਾਸੇ ਆਪਣੀ ਐਡਸ ਦੇ ਉੱਪਰ ਲਾਇਆ ਜਾਂਦਾ ਅੱਜ ਤੁਸੀਂ ਆ ਛਾੜੂ ਦੀ ਗੱਲ ਕਰ ਲੈਣੇ ਆਪਾਂ ਪਿੱਛੇ ਚਲ ਕੋਈ ਜਾਣਾ ਹੁਣ ਦੀ ਗੱਲ ਕਰ ਲੈਣੇ ਆਂ ਸੈਂਟਰ ਕਮੇਟ ਦਾ ਕਿੰਨਾ ਪੈਸਾ ਪੰਜਾਬ ਦੇ ਵਿੱਚ ਆਇਆ ਅੱਜ ਛਾੜੂ ਨੇ ਆਪਣੀਆਂ ਐਡਸ ਦੇ ਉੱਪਰ ਮਸ਼ਹੂਰੀ ਉੱਪਰ ਭਵੰਤਮਨ ਸਾਹਿਬ ਖਰਚ ਰਹੇ ਆ ਜਾਂ ਹੋਰ ਪਾਸੇ ਲਾ ਰਹੇ ਆ ਜਿੱਥੇ ਲੱਗਣਾ ਚਾਹੀਦਾ ਉੱਥੇ ਕਿਉਂ ਨਹੀਂ ਲਾ ਰਹੇ ਇਹ ਸਨੀ ਸਨੀ ਕੈਨ ਦਾ ਨਾਮ ਤਾਂ ਰਵਨੀਤ ਸਿੰਘ ਬਿੱਟੂ ਦੇ ਨਾਲ ਜੁੜਿਆ ਆ ਕੋਈ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਜੇ ਦੇਖਣ ਨੂੰ ਮਿਲਿਆ ਸੀ 2022 ਦੇ ਵਿੱਚ ਤਾਂ ਸੰਨੀ ਕੈਂਥ ਨੇ ਕੀਤਾ ਸੀ ਇਸ ਕਰਕੇ ਸੰਨੀ ਕੈਂਥ ਨੂੰ ਪੁੱਛਿਆ ਜਾ ਰਿਹਾ ਕਿ ਰਵਨੀ ਸਿੰਘ ਮਿੱਟੂ ਵੀ ਹੁਣ ਤੁਹਾਡੀ ਪਾਰਟੀ ਦੇ ਹੀ ਹੈ ਹੁਣ ਤੁਸੀਂ ਕੀ ਕਰੋਗੇ ਮੈਂ ਤਾਂ ਕਹਿ ਰਿਹਾ ਜੀ ਮੈਂ ਤਾਂ ਆਪਣੀ ਪਾਰਟੀ ਨਾਲ ਖੜਾ ਆਂ ਪਾਰਟੀ ਲਈ ਦਿਨ ਰਾਤ ਅਸੀਂ ਇੱਕ ਕਰਦੇ ਆਂ ਲੜਾਈ ਲੜਦੇ ਆ ਰਹੇ ਆਂ ਔਰ ਪਿੰਡਾਂ ਦੇ ਵਿੱਚ ਅਸੀਂ ਕੰਮ ਕਰ ਰਹੇ ਆਂ ਮੈਂ 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 ਦਲ ਸਮਾਜ ਤੋਂ ਹਾਂ ਨਾ ਆਪਣੇ ਸਮਾਜ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਸਾਡੇ ਵਾਸਤੇ ਸਾਡੇ ਸਮਾਜ ਵਾਸਤੇ ਕੀ ਕਰ ਰਹੀ ਐ ਅਸੀਂ ਉਹ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਕਿਹੜੇ ਜੇ ਇਕੱਲੇ ਰਮਨੀ ਸਿੰਘ ਬਿੱਟੂ ਨਹੀਂ ਕੋਈ ਹੋਰ ਵੀ ਆ ਜਾਂਦਾ ਅਸੀਂ ਤਾਂ ਉਹਦੀ ਮਤ ਵੀ ਕਰਨੀ ਇਹਨਾਂ ਦੀ ਵੀ ਕਰਾਂਗੇ ਕਿਉਂ ਨਹੀਂ ਕਰਾਂਗੇ ਮੈਂ ਤੁਹਾਨੂੰ ਫਿਰ ਘੁੰਮ ਕੇ ਉੱਥੇ ਉਸੇ ਸਵਾਲ ਤੇ ਆਣਾ ਮੈਂ ਰਮਨੀ ਸਿੰਘ ਬਿੱਟੂ ਨੇ ਪਿਛਲੇ 5 ਸਾਲਾਂ ਚ ਕੰਮ ਨਹੀਂ ਕੀਤਾ ਲੋਕ ਕਹਿ ਰਹੇ ਨੇ ਤੁਸੀਂ ਕਹਿੰਦੇ ਹੋਏ ਨਜ਼ਰ ਆ ਰਹੀ ਸੀ ਤੁਹ ਕੁਝ ਦਿਨ ਪਹਿਲਾਂ ਕਿ ਉਹ ਆਪਣੇ ਹਲਕੇ ਚ ਨਹੀਂ ਨਜ਼ਰ ਆਂਦੇ ਹੁਣ ਕਿਵੇਂ ਰਹੂਗਾ ਹੁਣ ਕਿੱਦਾਂ ਰਹੂਗਾ ਜੇਕਰ ਜਿੱਤ ਜਾਂਦੇ ਨੇ ਹਲਕੇ 'ਚ ਫਿਰ ਰਹਿਣਗੇ ਜਾਂ ਨਹੀਂ ਨਾ ਆਣਗੇ ਉਹ ਉਹ ਤਾਂ ਰਮਨੀ ਸਿੰਘ ਬਿੱਟੂ ਜੀ ਨੇ ਆਪ ਹੀ ਕਲੀਅਰ ਕਰਤਾ ਜਦੋਂ ਉਹ ਜੁਆਇਨ ਕੀਤੇ ਉਸ ਤੋਂ ਬਾਅਦ ਉਹਨੇ ਆਪ ਹੀ ਦੱਸਿਆ ਵੀ ਕਾਂਗਰਸ ਦੇ ਵਿੱਚ ਰਹਿ ਕੇ ਨਹੀਂ ਨਹੀਂ ਅਸੀਂ ਕੰਮ ਕਰ ਪਾ ਰਹੇ ਸੀ ਕਾਂਗਰਸ ਦੇ ਵਿੱਚ ਰਹਿ ਕੇ ਉਹਨਾਂ ਦੀ ਵਿਚਾਰਧਾਰਾ ਦੇ ਹਿਸਾਬ ਦੇ ਨਾਲ ਕਿਉਂਕਿ ਸਰਕਾਰੀ ਹੈ ਨਹੀਂ ਜਦ ਕੇਂਦਰ ਦੇ ਵਿੱਚ ਪਿਛਲੇ 10 ਸਾਲ ਤੋਂ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਔਰ ਕਾਂਗਰਸ ਆਪੋਜੀਸ਼ਨ 'ਚ ਬੈਠੀ ਹੈ ਜਦੋਂ ਕਿਸੇ ਐਮਪੀ ਨੇ ਜਦੋਂ ਨਰਿੰਦਰ ਮੋਦੀ ਜੀ ਕੋਲ ਜਾਣਾ ਆ ਸੈਂਟਰ ਕੇਂਦਰ ਦੇ ਵਿੱਚ ਜਾਣਾ ਆ ਕੋਈ ਆਪਣਾ ਕੰਮ ਲੈ ਕੇ ਜਾਣਾ ਆ ਪ੍ਰੀਫਰੈਂਸ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਐਮਪੀ ਨੂੰ ਅਸੀਂ ਕਿਉਂ ਨਾਲ ਦਈਏ ਜੋ ਇਹ ਦੂਜੀਆਂ ਪਾਰਟੀਆਂ ਕਿਉਂ ਕਰਦੀਆਂ ਅਸੀਂ ਅਸੀਂ ਲੋਕ ਨਵਨੀਤ ਸਿੰਘ ਬਿੱਟੂ ਜੀ ਨੇ ਉਹੀ ਚੀਜ਼ ਸੋਚ ਕੇ ਅੱਜ ਭਾਰਤੀ ਜਨਤਾ ਪਾਰਟੀ ਜਾਇਆ ਵੀ ਮੈਂ 10 ਸਾਲ ਪੰਜਾਬ ਪਹਿਲਾਂ ਹੀ ਪਿੱਛੇ ਜਾ ਸਕਿਆ ਹੁਣ ਕਿਉਂ ਹੀ ਲੱਗੇ ਤੁਸੀਂ ਕਹਿ ਰਹੇ ਹੋ ਕਿ ਦੂਜੀ ਪਾਰਟੀ ਜਿੱਦਾਂ ਕਰਦੀਆਂ ਅਸੀਂ ਕਿਉਂ ਨਾ ਕਰੀਏ ਇਟ ਮੀਨਸ ਕਿ ਤੁਸੀਂ ਵੀ ਉਹੀ ਨਕਸ਼ਾ ਕਦਮ ਤੇ ਚੱਲ ਰਹੇ ਹੋ ਤੁਹਾਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਵੀ ਆਪਣੀ ਹੀ ਪਾਰਟੀ ਦੇ ਨੁਮਾਇੰਦੇ ਨੂੰ ਸਿਰਫ ਪ੍ਰੀਫ ਸੰਸਦ 'ਚ ਭੇਜਿਆ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਦੇਖੋ ਭਾਰਤੀਆਂ ਦਾ ਪਾਰਟੀ ਲੋਕਾਂ ਦੇ ਲਈ ਰਾਜਨੀਤੀ ਕਰਦੀ ਹੈ ਲੋਕਾਂ ਦੇ ਵਿਕਾਸ ਲਈ ਰਾਜਨੀਤੀ ਕਰਦੀ ਹੈ ਪਰ ਮੈਂ ਮੈਂ ਵੀ ਮੈਂ ਵੀ ਸਰ ਤੋਂ ਸਵਾਲ ਹੈ ਮੈਂ ਸਵਾਲ ਉਹੀ ਕੀ ਚੀਜ਼ ਕਰ ਰਿਹਾ ਨਾ ਕਿ ਜੇਕਰ ਲੋਕਾਂ ਨੇ ਜਿੱਤ ਕੇ ਕਿਤੇ ਭੇਜਿਆ ਵਾ ਕਿਸੇ ਪਾਰਟੀ ਦੇ ਨੁਮਾਇੰਦੇ ਨੂੰ ਸੰਸਦ 'ਚ ਭੇਜਿਆ ਵਾ ਤਾਂ ਕੇਂਦਰ ਦਾ ਤਾਂ ਇਸ ਚੀਜ਼ ਦਾ ਫਰਕ ਪੈਣਾ ਹੀ ਨਹੀਂ ਚਾਹੀਦਾ ਉਹਨੂੰ ਉਹਨਾਂ ਨੂੰ ਤਾਂ ਇਸ ਚੀਜ਼ ਉੱਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਨਾ ਕਿਤਨੇ ਕਿਤੇ ਕਿ ਵਿਕਾਸ ਹੋਣਾ ਚਾਹੀਦਾ ਵਾ ਸ਼ਹਿਰ ਸ਼ਹਿਰ ਹੈ ਏਰੀਆ ਵਾ ਜਾਂ ਪੰਜਾਬ ਹੈ ਜਾਂ ਲੁਧਿਆਣਾ ਸ਼ਹਿਰ ਹੈ ਉਹ ਇਕੱਲਾ ਕਾਂਗਰਸ ਦਾ ਜਾਂ ਆਮ ਆਦੀ ਪਾਰਟੀ ਦਾ ਤਾਂ ਹੈ ਨਹੀਂ ਉਹ ਭਾਜੀਪੀ ਦਾ ਵੀ ਹੈਗਾ ਵਾ ਭਾਜੀਪੀ ਦੀ ਵੀ ਕੁਝ ਜ਼ਿੰਮੇਵਾਰੀ ਬੰਦੀ ਹੈ ਪੰਜਾਬ ਦੇ ਪ੍ਰਤੀ ਲੁਧਿਆਣਾ ਸ਼ਹਿਰ ਦੇ ਪ੍ਰਤੀ ਮੈਂ ਉਹੀ ਤਾਂ ਸਰ ਦੱਸ ਰਿਹਾ ਜੀ ਬੀਜੇਪੀ ਦੀ ਜ਼ਿੰਮੇਵਾਰੀ ਸੀ ਤਾਂ ਹੀ ਤਾਂ ਸਮਾਰਟ ਸਿਟੀ ਦੇ ਵਿੱਚ ਇੰਨਾ ਪੈਸਾ ਆਇਆ ਜੇ ਬੀਜੇਪੀ ਦੀ ਜ਼ਿੰਮੇਵਾਰੀ ਸੀ ਕਿ ਕੇਂਦਰ ਸਰਕਾਰ ਦੀ ਤਾਂ ਹੀ ਸਾਡੇ ਇੱਕ ਤਾਉਂਦਰਾ ਕਲਸਟਰ ਦੇ ਵਿੱਚ ਹਜ਼ਾਰ ਕਰੋੜ ਪਿਆ ਆਇਆ ਜਾਂ ਸੈਂਟਰ ਦੇ ਇੰਨਾ ਪੈਸਾ ਸਾਡੇ ਪੰਜਾਬ ਦੇ ਵਿੱਚ ਆ ਰਿਹਾ ਮੈਂ ਰੌਲਾ ਤਾਂ ਉਸੇ ਚੀਜ਼ ਦਾ ਦੱਸ ਰਿਹਾ ਤੁਹਾਨੂੰ ਪੈਸਾ ਆਉਂਦਾ ਪਰ ਜ਼ਮੀਨੀ ਸਤਰ ਤੇ ਨਹੀਂ ਲੱਗੇ ਪਾਰ ਰਿਹਾ ਉਹੀ ਬਿੱਟੂ ਜੀ ਨੇ ਗੱਲ ਸਮਝੀ ਹੈ ਉਸੇ ਵੀ ਕਾਂਗਰਸ ਦੇ ਵਿੱਚ ਰਹਿ ਕੇ ਨਹੀਂ ਅਸੀਂ ਵਿਕਾਸ ਕਰ ਪਾ ਰਹੇ ਸਾਡਾ ਪੰਜਾਬ ਪਿੱਛੇ ਨੂੰ ਜਾ ਰਿਹਾ ਅਸੀਂ ਪੰਜਾਬ ਅੱਗੇ ਲੈ ਕੇ ਜਾਣਾ ਚਾਹੁੰਦੇ ਆਂ ਔਰ ਜੇ ਪੰਜਾਬ ਅੱਗੇ ਲੈ ਕੇ ਜਾਣਾ ਸਾਨੂੰ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਪੈਣਾ ਇਹੀ ਗੱਲ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਆਂ ਆ ਵੀ ਦੂਜੀ ਪਾਰਟੀਆਂ ਦੇ ਵਿੱਚ ਰਹਿ ਕੇ ਪੰਜਾਬ ਦੀ ਉਹ ਪੰਜਾਬ ਨੂੰ ਲਗ ਕਰਨਾ ਚਾਹੁੰਦੇ ਆਪਣੇ ਦੇਸ਼ ਨਾਲੋਂ ਚਾਹੇ ਉਹ ਨੀ ਸਿੰਘ ਬਿੱਟੂ ਜੀ ਹੋਣ ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਭਾਰਤੀ ਜਾਂਦਾ ਪਾਰਟੀ ਦਾ ਕਾਰਕਟਰਤਾ ਹੋਊਗਾ ਉਹ ਆਪਣੇ ਦੇਸ਼ ਦੀ ਗੱਲ ਕਰੂਗਾ ਆਪਣੇ ਪੰਜਾਬ ਦੀ ਗੱਲ ਕਰੂਗਾ ਕਦੇ ਵੀ ਪੰਜਾਬ ਨੂੰ ਵੱਖ ਕਰਨ ਦੀ ਗੱਲ ਨਹੀਂ ਕਰੂਗਾ ਕਾਂਗਰਸ ਪਾਰਟੀ ਨੇ ਹਮੇਸ਼ਾ ਪੰਜਾਬ ਨੂੰ ਇੱਕ ਵੱਖ ਨਜ਼ਰੀਏ ਨਾਲ ਵੱਖ ਕਰਨ ਦੀ ਗੱਲ ਕੀਤੀ ਹੈ ਚਾਹੇ 84 ਦੇ ਦੰਗੇ ਹੋਣ ਚਾਹੇ ਕੁਝ ਵੀ ਹੋਵੇ ਕਾਂਗਰਸ ਹਮੇਸ਼ਾ ਪੰਜਾਬ ਨੂੰ ਲੱਗ ਰੱਖਿਆ ਪਰ ਜਿਹੜੇ ਲੋਕ ਪੰਜਾਬ ਨੂੰ ਦੇਸ਼ ਦੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਆ ਉਹਦੀ ਵਿਚਾਰਧਾਰਾ ਦੇ ਨਾਲ ਬਿੱਟੂ ਜੀ ਜੁੜੇ ਆ ਤੇ ਅੱਜ ਆਏ ਉਹ ਤਾਂ ਆਪ ਕਹਿ ਕੇ ਆਏ ਆ ਸੋ ਸਾਡਾ ਫਰਜ਼ ਇਹ ਬਣਦਾ ਵੀ ਜੇ ਪਾਰਟੀ ਨੇ ਸਾਡੇ ਵਿੱਚ ਉਹਨਾਂ ਨੂੰ ਭੇਜਿਆ ਆ ਅਸੀਂ ਉਹਨਾਂ ਉਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਜੋ ਸਾਡੇ ਨਿੱਜੀ ਮਫਾਦ ਜੋ ਨਿੱਜੀ ਰੌਲੇ ਹੈਗੇ ਆ ਉਹ ਤਾਂ ਹੈਗੇ ਹੀ ਆ ਜੀ ਉਹ ਤਾਂ ਹੁਣ ਮੈਂ ਡਰਾਈ ਦਾ ਕਰ ਨਹੀਂ ਸਕਦਾ ਮੈਂ ਮੇਰੀ ਬਾਗ ਉਤਰੀ ਤੇ ਮੈਂ ਤਾਂ ਕਹਿੰਦਾ ਉਤਰੀ ਸੀ ਮੈਂ ਤਾਂ ਉਹੀ ਐਮਪੀ ਸਾਹਿਬ ਜਦੋਂ ਬੈਠਣਗੇ ਗੱਲ ਪੁੱਛ ਲਾਂਗੇ ਭਾਈ ਵੀ ਇਹ ਇਹ ਉਹਦਾ ਐਮਪੀ ਸਾਹਿਬ ਦਾ ਬਿਆਨ ਆਇਆ ਸੀ ਮੈਂ ਘਰੇ ਨਹੀਂ ਸੀਗਾ ਮੈਂ ਦਿੱਲੀ ਸੀਗਾ ਮੇਰੇ ਪਿੱਛੋਂ ਕਿਸੇ ਨੇ ਸ਼ਰਾਰਤ ਕੀਤੀ ਆ ਉਹੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਕਿਹਨੇ ਸ਼ਰਾਰਤ ਕੀਤੀ ਆ ਨਾਲੇ ਗੱਲ ਕਲੀਅਰ ਹੋ ਜੂਗੀ ਆਪਾਂ ਫਿਰ ਉਸ ਤਰੀਕੇ ਨਾਲ ਦੇਖ ਲਾਂਗੇ ਮੇਰਾ ਤਾਂ ਮੈਂ ਜੇ ਮੇਰਾ ਮਨ ਨਾਲ ਮਿਲਿਆ ਤਾਂ ਅੱਜ ਮੈਂ ਉਹਨਾਂ ਵਾਸਤੇ ਵੋਟ ਮੰਗਦਾ ਅੱਜ ਅਸੀਂ ਕਾਰਜਕ੍ਰਮ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਜਾ ਕੇ ਝੰਡੇ ਲਾ ਰਹੇ ਹਾਂ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਸਤੇ ਵੋਟ ਮੰਗ ਰਹੇ ਹਾਂ ਰਣਜੀਤ ਸਿੰਘ ਬਿੱਟੂ ਜੀ ਵਾਸਤੇ ਵੋਟ ਮੰਗ ਰਹੇ ਹਾਂ ਮੇਰੇ ਮਨ ਦੇ ਵਿੱਚ ਕੁਝ ਦੇਖੋ ਮੇਰੀ ਦਸਤਾਰ ਲੈਂਦੀ ਹੈ ਦਸਤਾਰ ਮੇਰੀ ਇਕੱਲੇ ਦੀ ਨਹੀਂ ਸਾਨੂੰ ਗੁਰੂ ਸਭਾ ਨੇ ਦਸਤਾਰ ਨਵਾਜੀ ਹੈ ਔਰ ਮੇਰੀ ਦਸਤਾਰ ਦੇ ਉੱਪਰ ਹੀ ਹਮਲਾ ਕੀਤਾ ਕਿ ਮਨ ਦੇ ਵਿੱਚ ਤਾਂ ਸ਼ੰਕਾ ਤਾਂ ਹੋਊਗੀ ਜਿਵੇਂ ਅੱਜ ਕਹਦਾ ਜੀ ਮੈਨੂੰ ਤਾਂ ਸਾਰਾ ਕੁਝ ਭੁੱਲ ਗਿਆ ਜੀ ਭੁੱਲ ਤਾਂ ਸਕਦੇ ਨਹੀਂ ਉਹ ਮੈਂ ਕਦੇ ਨਹੀਂ ਭੁੱਲ ਸਕਦਾ ਅੱਜ ਤੱਕ ਨਹੀਂ ਗੱਲ ਸਾਰੀ ਕਲੀਅਰ ਹੋ ਜਾਣੀ ਕਿ ਕਿਹਨੇ ਕੀਤਾ ਕਿਹਨਾਂ ਨੇ ਕਿਸ ਤਰੀਕੇ ਨਾਲ ਹੋਇਆ ਤੋਂ ਉਹ ਉਹਨੂੰ ਫਿਰ ਦੇਖ ਲਾਂਗੇ ਉਸ ਤਰੀਕੇ ਨਾਲ ਚਲੋ ਇਹ ਤਾਂ ਹੋਇਆ ਚਲੋ ਰਵਨੀ ਸਿੰਘ ਮਿੱਟੂ ਦੀ ਆਪਾਂ ਗੱਲ ਕਰ ਰਹੇ ਸੀ ਕਹਿੰਦੇ ਤੁਹਾਡੇ ਆਈਡੀਅਲ ਸਿਮਰਜੀਤ ਸਿੰਘ ਬੈਂਸ ਹੈਗੇ ਨੇ ਜਿਨ੍ਹਾਂ ਨੇ ਤੁਹਾਨੂੰ ਰਾਜਨੀਤੀ ਸਿਖਾਈ ਕਿਤੇ ਨਾ ਕਿਤੇ ਔਰ ਕਾਫੀ ਹੱਦ ਤੱਕ ਤੁਸੀਂ ਉਹਨਾਂ ਦੇ ਅੰਡਰ ਵੀ ਕੰਮ ਕੀਤਾ ਇੱਕ ਲੰਬਾ ਸਮਾਂ ਕੰਮ ਕੀਤਾ ਤੇ ਉਹ ਕਾਂਗਰਸ ਜਾ ਰਹੇ ਨੇ ਕੀ ਉਹਨਾਂ ਦੀ ਹੁਣ ਸੋਚ ਬਦਲ ਗਈ ਇਹ ਤਾਂ ਨਹੀਂ ਦੇਖੋ ਸਿਮਰਜੀਤ ਸਿੰਘ ਬੈਂਸ ਮੇਰੇ ਵਧੀਆ ਮਿੱਤਰ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਮੇਰੇ ਉਹਨਾਂ ਨਾਲ ਕੋਈ ਪੋਲਿਟਿਕਲ ਰਿਸ਼ਤਾ ਨਹੀਂ ਹੈ ਮੇਰਾ ਉਹਨਾਂ ਨਾਲ ਦੋਸਤਾਨਾ ਸਬੰਧ ਜ਼ਰੂਰ ਹੋ ਸਕਦਾ ਦੂਜੀ ਪਾਰਟੀਆਂ 'ਚ ਹੁੰਦੇ ਆ ਪਰ ਮੇਰੀ ਉਹਨਾਂ ਨੂੰ ਆਹੀ ਰਾਏ ਆ ਤੁਸੀਂ ਹੁਣੀ ਕੀ ਕਰਿਆ ਪੋਲਿਟਿਕਲ ਰਿਸ਼ਤਾ ਕੋਈ ਨਹੀਂ ਹੈਗਾ ਯੂਥ ਦੇ ਪੰਜਾਬ ਦੇ ਤੁਹਾਨੂੰ ਉਹਨਾਂ ਨੇ ਯੂਥ ਦੇ ਪ੍ਰਧਾਨ ਬਣਾਏ ਗਏ ਸੀ ਲੋਕ ਇਨਸਾਫ ਪਾਰਟੀ ਦੇ ਪੰਜਾਬ ਯੂਥ ਦੇ ਤੁਹਾਨੂੰ ਪ੍ਰਧਾਨ ਨਿਵਾਜਿਆ ਸੀਗਾ ਸਿਮਰਜੀਤ ਸਿੰਘ ਬੈਂਸ ਨੇ ਫਿਰ ਪੋਲਿਟਿਕਲ ਸਬੰਧ ਕਿੱਦਾਂ ਨਹੀਂ ਹੋਏ ਹੁਣ ਮੈਂ ਹੁਣ ਦੀ ਗੱਲ ਕਰ ਰਿਹਾ ਨਹੀਂ ਮੈਂ ਪਹਿਲਾਂ ਤਾਂ ਪਾਰਟੀ ਦੇ ਵਿੱਚ ਹੀ ਸੀਗਾ ਨਾ ਅੱਜ ਦੀ ਡੇਟ 'ਚ ਮੇਰਾ ਉਹਨਾਂ ਨਾਲ ਕੋਈ ਪੋਲਿਟਿਕਲ ਰਿਸ਼ਤਾ ਨਹੀਂ ਹੈ ਨਿੱਜੀ ਅਸੀਂ ਮਿਲਦੇ ਹਾਂ ਬਹੁਤ ਜਗ੍ਹਾ ਮਿਲਦੇ ਹਾਂ ਮੈਨੂੰ ਅਸੀਂ ਉਹ ਸਰਕਾਰ ਨਾਲ ਮਿਲਦੇ ਹਾਂ ਪਰ ਮੇਰੀ ਇਹਨਾਂ ਨੂੰ ਆਹੀ رائے ਹੈ ਵੀ ਤੁਸੀਂ ਤੁਹਾਡੀ ਪਾਰਟੀ ਹੈ ਤੁਸੀਂ ਭਾਰਤੀ ਜੰਦਾ ਪਾਰਟੀ ਨੂੰ ਪਿੱਛੇ ਸਮਰਥਨ ਦੱਸਾ ਜਲੰਧਰ ਦੇ ਵਿੱਚ ਅਸੀਂ ਤਾਂ ਆਹੀ ਚਾਹੁੰਦੇ ਵੀ ਜਿਵੇਂ ਰਮਨਦੀਪ ਸਿੰਘ ਬਿੱਟੂ ਜੀ ਸਾਡੇ ਪਾਰਟੀ ਦੇ ਵਿਚਾਰਧਾਰਾਂ ਨਾਲ ਜੁੜੇ ਇਹ ਵੀ ਜੁੜਨ ਪਰ ਜੇ ਨਹੀਂ ਉਹ ਉਹਨਾਂ ਦੀ ਆਪਣੀ ਕੋਈ ਸੋਚ ਆ ਉਹ ਉਸ ਤਰੀਕੇ ਨਾਲ ਚੱਲਣਾ ਚਾਹੁੰਦੇ ਤਾਂ ਉਹ ਚੱਲ ਸਕਦੇ ਸੀ ਰੋਕ ਥੋੜੀ ਸਕਦੇਗੇ ਨਹੀਂ ਉਹ ਤਾਂ ਠੀਕ ਹੈ ਪਰ ਕਿਤਨੇ ਕਿਤੇ ਗੁਰਚੇਲਾ ਹੈਗਾ ਹੈ ਤੁਸੀਂ ਉਹ ਗੁਰੂ ਨੇ ਤੁਸੀਂ ਚੇਲੇ ਨੇ ਤੇ ਕਿਤੇ ਨਾ ਕਿਤੇ ਤਾਂ ਇੱਕ ਚੇਲਾ ਆਪਣੇ ਗੁਰੂ ਨੂੰ ਕੁਝ ਨਾ ਕੁਝ ਤਾਂ ਨਸੀਹਤ ਦੇ ਹੀ ਸਕਦਾ ਕਿ ਹਾਂਜੀ ਕਿ ਕੀ ਗਲਤ ਹੈ ਤੇ ਕੀ ਸਹੀ ਹੈ ਮੈਂ ਤਾਂ ਜੀ ਉਹਨਾਂ ਨੂੰ ਆਹੀ ਰਾਏ ਤੁਹਾਡੇ ਮਾਧਿਅਮ ਰਾਹੀਂ ਦਊਂਗਾ ਵੀ ਜੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਜੇ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਵਾਕਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਿਨਾਂ ਸ਼ਰਤ ਤੋਂ ਆ ਜਾਣਾ ਚਾਹੀਦਾ ਬਿਨਾਂ ਸ਼ਰਤ ਤੋਂ ਆ ਕੇ ਭਾਰਤੀ ਜਨਤਾ ਪਾਰਟੀ ਵਿੱਚ ਕੰਮ ਕਰਨਾ ਚਾਹੀਦਾ ਕਿਉਂਕਿ ਇੱਥੇ ਸ਼ਰਤਾਂ ਰੱਖ ਕੇ ਕੋਈ ਕੋਈ ਵਿਅਕਤੀ ਨਹੀਂ ਆ ਸਕਦਾ ਸ਼ਰਤਾਂ ਰੱਖ ਕੇ ਤੁਹਾਨੂੰ ਭਾਰਤੀ ਜਨਤਾ ਪਾਰਟੀ ਤੁਸੀਂ ਨਹੀਂ ਰਹਿ ਸਕਦੇ ਤੁਸੀਂ ਪਾਰਟੀ 'ਚ ਕੰਮ ਕਰੋਗੇ ਪਾਰਟੀ ਤੁਹਾਨੂੰ ਆਪੇ ਅੱਗੇ ਲੈ ਜਾਣਾ ਪਰ ਆਪਾਂ ਜੀ ਅੱਜ ਜੇ ਕੋਈ ਹੁਣ ਦੂਜੀ ਕਾਂਗਰਸ ਪਾਰਟੀ ਤੋਂ ਛੱਡ ਕੇ ਪਹਿਲਾਂ ਹੀ ਬਿੱਟੂ ਜੀ ਆ ਚੁੱਕੇ ਉਸ ਤੋਂ ਦੁਖੀ ਹੋ ਕੇ 10 ਸਾਲ ਐਮਪੀ ਰਹੇ ਦੁਖੀ ਹੋ ਕੇ ਆਏ ਤੇ ਤੁਸੀਂ ਉਧਰਲੇ ਪਾਸੇ ਜਾ ਰਹੇ ਹੋ ਸੋ ਜੋ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਮੇਰੀ ਤਾਂ ਉਹਨਾਂ ਨੂੰ ਆਹੀ ਬੇਨਤੀ ਹੱਥ ਜੋੜ ਕੇ ਤੁਹਾਡਾ ਵਧੀਆ ਪੋਲੀਟਿਕਲ ਕੈਰੀਅਰ ਤੁਸੀਂ ਲੋਕਾਂ ਦੇ ਵਿੱਚ ਰਹੇ ਹੋ 10 ਸਾਲ ਐਮਐਲਏ ਵੀ ਰਹੇ ਆ ਮੇਰਾ ਤਾਂ ਆਹੀ ਇਹਨਾਂ ਨੂੰ ਰਾਏ ਹੋਊਗੀ ਵੀ ਤੁਸੀਂ ਸਾਡੀ ਵਿਚਾਰਧਾਰਾ ਨੂੰ ਜੋੜੋ ਅੱਗੇ ਪਾਰਟੀ ਨੇ ਦੇਖਣਾ ਵੀ ਇਹਨਾਂ ਨੂੰ ਜੋੜ ਲਾਂਗੇ ਨਹੀਂ ਜੋੜਨਾ ਜਾਂ ਇਹਨਾਂ ਦੀ ਕੀ ਗੱਲ ਕਿੱਥੇ ਕਿਸ ਲੈਵਲ ਤੇ ਹੋ ਰਹੀ ਹੈ ਉਹ ਜਾਦਾ ਬਖੂਬੀ ਤੁਹਾਨੂੰ ਦੱਸ ਸਕਦੇ ਤੁਸੀਂ ਇਹਨਾਂ ਨੂੰ ਪੁੱਛੋ ਇੱਕ ਵਾਰ ਬੈਂਸਾਹਬ ਨੂੰ ਵੀ ਕੀ ਕਰ ਰਹੇ ਹੋ ਭਾਈ ਅਸੀਂ ਤਾਂ ਰੋਗ ਛੋਟੇ ਮਸੇ ਅਸੀਂ ਅਸੀਂ ਗੁਰਚੇਲੇ 'ਚ ਨਹੀਂ ਬੋਲਦੇ ਸਰ ਸਾਡਾ 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 ਬੰਦਾ ਨਹੀਂ ਹੈ ਕਿ ਗੁਰਚੇਲੇ ਦੇ ਵਿੱਚ ਅਸੀਂ ਬੋਲੀਏ ਤੇ ਇਹ ਤਾਂ ਗੱਲ ਤੁਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਸਮਝਾ ਸਕਦੇ ਹੋ ਜਾਂ ਕਹਿ ਸਕਦੇ ਹੋ ਕਿਉਂਕਿ ਤੁਸੀਂ ਆਪ ਹੀ ਕਹਿੰਦੇ ਹੋ ਕਿ ਅੱਜ ਵੀ ਤੁਹਾਨੂੰ ਪਰਸਨਲੀ ਤੌਰ ਤੇ ਮਿਲਦੇ ਨੇ ਬੈਠਦੇ ਨੇ ਚਾਹ ਪੀਂਦੇ ਨੇ ਬਿਲਕੁਲ ਮਿਲਦੇ ਨਹੀਂ ਦੇਖੋ ਹੁਣ ਕਦੇ ਵਿਆਹ ਤੇ ਮਿਲ ਜੀਏ ਕਿਸੇ ਨੂੰ ਹੁਣ ਮੈਂ ਕਿਹੜਾ ਚੱਕ ਕੇ ਉਹਨਾਂ ਦੇ ਰੋੜਾ ਥੋੜੀ ਮਾਰਨਾ ਮੇਰਾ ਉਹਨਾਂ ਨਾਲ ਇਕੱਠੇ ਰਹੇ ਹਾਂ ਅਸੀਂ ਤੇ ਮੇਰੀ ਪੋਲੀਟਿਕਲ ਮੈਂ ਤੁਹਾਨੂੰ ਦੱਸ ਰਿਹਾ ਪੋਲੀਟਿਕਲ ਕੋਈ ਵਿਚਾਰ ਨਹੀਂ ਮੇਰੀ ਤਾਂ ਸਿਰਫ ਤੁਹਾਡੇ ਮਤੇਵ ਰਹੀ ਕਿਉਂਕਿ ਤੁਹਾਡੇ ਮਤੇਵ ਨੂੰ ਜੀ ਸੁਣਦੇ ਹਾਂ ਅਸੀਂ న్యూ 18 ਸਭ ਤੋਂ ਵੱਡਾ ਚੈਨਲ ਆ ਪੰਜਾਬ ਦਾ ਉੱਥੇ ਸੁਣਨ ਨੂੰ ਮਿਲਦਾ ਜੀ ਉਹ ਅੱਜ ਕਾਂਗਰਸ ਤੇ ਜਾ ਰਹੇ ਆ ਉਹ న్యూ 18 ਨੇ ਸੁਣਨ ਨੂੰ ਮਿਲਿਆ ਉਹ ਭਾਜਪਾ ਤੇ ਜਾ ਰਹੇ ਹੁਣ ਤੁਸੀਂ ਸਾਨੂੰ ਤੁਸੀਂ ਦੱਸਦੇ ਹੋ ਵੀ ਕਿੱਥੇ ਜਾ ਰਹੇ ਆ ਨਹੀਂ ਚਲੋ ਸਰ ਉਹ ਤਾਂ ਸਾਡਾ ਇੱਕ ਫਰਜ਼ ਹੈ ਦੁਨੀਆ ਦੇ ਅੱਗੇ ਸੱਚ ਸਾਡਾ ਹੈਗਾ ਨਿਯਮ ਹੈਗਾ ਉਹ ਸੀ ਪੂਰਾ ਕਰ ਰਹੇ ਆ ਪਰ ਲੀਡਰ ਸੇਵਾਨਾਂ ਦਾ ਕੋਈ ਨਿਯਮ ਹੁੰਦਾ ਇੱਕ ਪਾਰਟੀ 'ਚ ਦੂਜੀ ਪਾਰਟੀ 'ਚ ਜਾਣਾ ਠੀਕ ਹੈ ਇੱਕ ਪਾਰਟੀ ਦੇ ਵਿੱਚੋਂ ਜਦੋਂ ਦੂਜੀ ਪਾਰਟੀ ਜਾਂਦੇ ਨੇ ਲੋਕ ਬੜੇ ਸਵਾਲ ਚੱਕਦੇ ਨੇ ਉਹ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਤੁਸੀਂ ਸੰਭਾਲੋਗੇ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਜਵਾਬ ਦਿਓਗੇ ਸਰ ਦੇਖੋ ਲੋਕਾਂ ਨੂੰ ਵੀ ਸਮਝਣਾ ਪੈਣਾ ਹੈ ਜੇ ਲੋਕ ਆਪਣੇ ਗਲੀਆਂ ਮੁਹੱਲਿਆਂ ਦਾ ਵਿਕਾਸ ਚਾਹੁੰਦੇ ਆ ਜੇ ਲੋਕ ਚਾਹੁੰਦੇ ਆ ਵੀ ਸਾਡਾ ਮੋਦੀ ਜੀ ਹਸਪਤਾਲਾਂ ਦੇ ਵਿੱਚ ਫ੍ਰੀ ਇਲਾਜ ਕਰਾਉਣ ਜੇ ਲੋਕ ਚਾਹੁੰਦੇ ਸਾਡੇ ਖਾਤਿਆਂ ਦੇ ਵਿੱਚ 2-2000 ਰੁਪਏ મોદી ਜੀ ਜਿਵੇਂ ਛੁੱਟਦੇ ਆ ਆਈ ਮਹੀਨੇ ਉਦਾਂ ਹੀ ਪਾਉਂਦੇ ਰਹਿਣ ਜੇ ਲੋਕ ਚਾਹੁੰਦੇ ਸਾਨੂੰ ਵਜੀਫਾ ਸਕੀਮ ਜਿਹੜੀ ਹੈਗੀ ਸਾਡੇ ਦਲਿਤ ਭਾਈਚਾਰੇ ਵਾਸਤੇ ਆਉਂਦੀ ਉਹ ਆਉਂਦੀ ਰਵੇ ਜੇ ਲੋਕ ਚਾਹੁੰਦੇ ਸਾਡੀਆਂ ਗਲੀਆਂ ਜਿਹੜੀਆਂ ਟਾਈਲਾਂ ਸਾਨੂੰ ਕੇਂਦਰ ਦੀ ਜਿਹੜੀ ਗ੍ਰਾਂਟ ਹੈਗੀ ਸਾਨੂੰ ਆਉਂਦੀ ਰਵੇ ਤਾਂ ਉਹਨਾਂ ਨੂੰ ਸਰਕਾਰ ਦੇ ਵਿੱਚ ਤਾਂ ਆਉਣੀ ਪੈਣਾ ਤੁਸੀਂ ਆਪੋਜੀਸ਼ਨ 'ਚ ਰਹਿ ਕੇ ਤੁਸੀਂ ਇਹ ਤਾਂ ਤੁਹਾਨੂੰ ਵੀ ਪਤਾ ਆਪੋਜੀਸ਼ਨ 'ਚ ਰਹਿ ਕੇ ਤੁਸੀਂ ਵਿਕਾਸ ਕਿਵੇਂ ਕਰੋਗੇ 10 ਸਾਲ ਬਿੱਟੂ ਜੀ ਰਹੀ ਹੈ ਬਿੱਟੂ ਜੀ ਰਹੀ ਹੈ ਤੇ ਬਿੱਟੂ ਜੀ ਨੇ ਸੋਚਿਆ ਵੀ 10 ਸਾਲ ਭਾਈ ਮੈਂ ਲੋਕ ਸਭਾ 'ਚ ਤੇ ਲੋਕ ਸਭਾ ਚ ਮੈਂ ਬੈਠੇ ਬੈੰਦੇ ਹੋ ਵੀ ਮੈਂ ਲੁਧਿਆਣੇ ਦਾ ਨਹੀਂ ਕੁਝ ਕਰ ਪਾਇਆ ਕਿਉਂਕਿ ਮੈਂ ਕਾਂਗਰਸ ਦੇ ਆਪੋਜੀਸ਼ਨ ਚ ਬੈਠਾ ਰਹੇ ਕਾਂਗਰਸ ਦੇ ਅੱਗੇ ਵੀ ਅਸਾਰ ਹੈ ਨਹੀਂ ਆਉਣ ਵਾਲੇ ਦੇਸ਼ ਦੇ ਵਿੱਚ ਅੱਗੇ ਵੀ ਭਾਜਪਾ ਰਹੀ ਆ ਤੇ ਉਹਨਾਂ ਨੇ ਚੰਗਾ ਹੀ ਸੋਚਿਆ ਜੀ ਪੰਜਾਬ ਵਾਸਤੇ ਸੋਚਿਆ ਜੀ ਹੁਣ ਹੁਣ ਐਮਪੀ ਬਣਨਗੇ ਤੇ ਹੁਣ ਪੰਜਾਬ ਵਾਸਤੇ ਪੈਸਾ ਲੈ ਕੇ ਆਉਣਗੇ ਅਜ ਇੱਕ ਸਿੱਧੀ ਉਹਨਾਂ ਦੀ ਅਮਿਤ ਸ਼ਾਹ ਜੀ ਇਹਨਾਂ ਸਿੱਧੀ ਮੋਦੀ ਜੀ ਇਹਨਾਂ ਉਹਨਾਂ ਦੀ ਬੈਣੀ ਉੱਠਣੀ ਆ ਤੇ ਪੰਜਾਬ ਦਾ ਫਾਇਦਾ ਹੀ ਕਰਨਗੇ ਅਸੀਂ ਤਾਂ ਕਹਿੰਦੇ ਪੰਜਾਬ ਦਾ ਲੱਗਦਾ ਲੱਗਦਾ ਨਹੀਂ ਰਵਨੀਤ ਸਿੰਘ ਬਿੱਟੂ ਬੜੀ ਧੀਰ ਦੁਰਸਤਾਈ ਆ 10 ਸਾਲ ਲੱਗ ਗ ਉਹ ਦਾ ਆਸ਼ਾਇਰ ਤੋਂ ਐਮਪੀ ਰਹੇ ਨੇ ਨਹੀਂ ਅਸੀਂ ਤਾਂ ਕਹਿੰਨੇ ਆਂ ਜੀ ਉਹ ਤਾਂ ਪਹਿਲਾਂ ਆ ਜਾਣਾ ਚਾਹੀਦਾ ਸੀ ਉਹਨਾਂ ਨੂੰ ਉਹਨਾਂ ਨੇ ਫੈਸਲਾ ਬਹੁਤ ਲੇਟ ਲਿਆ 10 ਸਾਲ ਲੱਗੇ ਚਲੋ ਅਸੀਂ ਤਾਂ ਕਹਿੰਨੇ ਦੇਰ ਆਈ ਦਰਸਤ ਹੈ ਸਾਡੀ ਪਾਰਟੀ ਦੇ ਵਿਚਾਰਧਾਰਾ ਨਾਲ ਜੁੜੇ ਸਾਨੂੰ ਬਿੱਟੂ ਜੀ ਹੋਗੇ ਚਾਹੇ ਰਿੰਕੂ ਜੀ ਹੋਗੇ ਜਲੰਧਰ ਵਾਲੇ ਸਾਡੇ ਤਾਂ ਵਧੀਆ ਲੋਕ ਸਾਡੀ ਪਾਰਟੀ ਚਾਹ ਰਹੇ ਆ ਸਾਡੇ ਦਾ ਫਾਇਦਾ ਹੀ ਆ ਅਸੀਂ ਤਾਂ ਸਾਰੇ ਹੋਰਾਂ ਨੂੰ ਵੀ ਕਹਾਂਗੇ ਜਿਹੜੀ ਦੂਜੀ ਪਾਰਟੀਆਂ ਚ ਬਹਿ ਕੇ ਆਉਂਦੇ ਆ ਉਹਦੀ ਘੁੱਟ ਮਹਿਸੂਸ ਕਰ ਰਹੇ ਆ ਆਓ ਸਾਡੀ ਪਾਰਟੀ ਦੇ ਵਿਚਾਰਧਾਰਾ ਨਾਲ ਜੁੜੋ ਆਓ ਸਾਨੂੰ ਜਿਹੜੀ ਭ੍ਰਿਸ਼ਟਾਚਾਰ ਮੁਕਤ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਕਿਵੇਂ ਭਾਰਤੀ ਜਨਤਾ ਪਾਰਟੀ ਕਿਸ ਤਰੀਕੇ ਨਾਲ ਚਲਾਉਂਦਾ ਸਰ ਸਿਸਟਮ ਅੱਜ ਭ੍ਰਿਸ਼ਟਾਚਾਰ ਜ਼ੀਰੋ ਆ ਅੱਜ ਜਿਹੜੇ ਆ ਗੈਂਗਸਟਰਸ ਹੈਗੇ ਆ ਜਾਂ ਜਿਹੜੇ ਦੂਜੇ ਤੱਤ ਨੇ ਸਾਰੇ ਅੱਜ ਤੁਹਾਨੂੰ ਤੁਹਾਡੇ ਸਾਹਮਣੇ ਕਿਸਤੇ ਮਰ ਰਹੇ ਆ ਅੱਜ ਬਲਡੋਜ਼ਰ ਚੱਲ ਰਹੇ ਆ ਇਹ ਭਾਰਤੀ ਜਨਤਾ ਪਾਰਟੀ ਕਰ ਸਕਦੀ ਦੂਜੀਆਂ ਪਾਰਟੀਆਂ ਨੇ ਹੌਸਲੇ ਨਹੀਂ ਬਲਕਿ ਆਮ ਆਦੀ ਪਾਰਟੀ ਨੇ ਪੰਜਾਬ 'ਚ ਮਾਹੌਲ ਠੀਕ ਨਹੀਂ ਕੀਤਾ ਪੰਜਾਬ ਦੇ ਵਿੱਚ ਜੇ ਅਗਰ ਗੈਂਗਸਟਰਾਂ ਦਾ ਇਨਕਾਊਂਟਰ ਹੋਇਆ ਵਾ ਤਾਂ ਉਹ ਆਮ ਆਦੀ ਪਾਰਟੀ ਨੇ ਨਹੀਂ ਕੀਤਾ ਉਹ ਭਾਰਤੀ ਜਨਤਾ ਪਾਰਟੀ ਨੇ ਕਿਹਾ ਤੁਸੀਂ ਸਿੱਧੇ ਸਿੱਧੇ ਤੌਰ ਤੇ ਇਹ ਕਹਿ ਰਹੇ ਹੋ ਮੈਂ ਤਾਂ ਕਹਿਣਾ ਜੀ ਜਿਹੜੀਆਂ ਏਜੰਸੀਆਂ ਨੇ ਅੱਜ ਅੱਜ ਪੰਜਾਬ 'ਚ ਆਈਡੈਂਟੀਫਾਈ ਕੌਣ ਕਰਦੀਆਂ ਗੈਂਗਸਟਰਸ ਏਜੰਸੀਆਂ ਕਰ ਰਹੀਆਂ ਨੇ ਅੱਜ ਸਿੱਧੂ ਮੂਸੇਵਾਲਾ ਸਾਡਾ ਜਿਹੜਾ ਇੱਕ ਪੰਜਾਬ ਦਾ ਉੱਪਰ ਦਾ ਨੌਜਵਾਨ ਸਤਾਰਾ ਸੀ ਉਹਨੂੰ ਕਿਹਨੇ ਮਾਰਿਆ ਉੱਤੇ ਫੜੇ ਕਿਹਨੇ ਆ ਦਿੱਲੀ ਪੁਲਿਸ ਨੇ ਫੜੇ ਹਨ ਤੇ ਪੰਜਾਬ ਪੁਲਿਸ ਨੇ ਪਹਿਲਾਂ ਕਿਉਂ ਨਹੀਂ ਫੜ ਲਏ ਫਿਰ ਕਿਉਂਕਿ ਲਗਾਮ ਖਿੱਚੀ ਹੋਈ ਆ ਪਿੱਛੋਂ ਨਹੀਂ ਕੁਛ ਕਰਨਾ ਚਾਹੁੰਦੇ ਹੋ ਪੰਜਾਬ ਦੀ ਸਰਕਾਰ ਨਹੀਂ ਕਰਨਾ ਚਾਹੁੰਦੀ ਅੱਜ ਦਿਨ ਦਾ ਚਰਿਆਮ ਗੋਲੀਆਂ ਮਾਰ ਰਹੇ ਆ ਕਦੇ ਕਿਸੇ ਮੋੜ ਤੇ ਅੱਜ ਮੈਨੂੰ 4-5 ਵਾਰ ਖਾਲਿਸਤਾਨੀ ਧਮਕੀਆਂ ਦੇ ਹਟੇ ਮੈਂ ਪਤਾ ਨਹੀਂ ਕਿੰਨੀ ਵਾਰੀ ਸੀਪੀ ਸਾਹਿਬ ਨੂੰ ਬੇਨਤੀ ਕਰ ਚੁੱਕਿਆ ਹੁ ਜਿੱਦਣ ਮੇਰੇ ਗੋਲੀ ਵੱਜੂਗੀ ਉਸ ਦਿਨ ਇਹਨਾਂ ਨੂੰ ਸੁਰਤ ਹੋਣੀ ਮੈਂ ਨਹੀਂ ਅੱਜ ਤਾਂ ਬੜਾ ਗੜਬੜ ਹੋ ਗਈ ਜੀ ਹੁਣ ਇਹਨਾਂ ਦਾ ਅਪਰ ਦੇਖਿਆ ਜਾਵੇ ਮੇਰੀ ਤਾਂ ਇਹਨਾਂ ਨੂੰ ਹੱਥ ਜੋੜ ਕੇ ਆ ਬੇਨਤੀ ਆ ਵੀ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਕਹੇ ਜੀ ਪਾਰਟੀ ਆ ਜਿਹੜੀ ਇਹ ਚੀਜ਼ ਨੂੰ ਰੋਕ ਸਕਦੀ ਆ ਚਾਹੇ ਉਹ ਗੈਂਗਸਟਰਵਾਦ ਹੋਵੇ ਚਾਹੇ ਉਹ ਜਿਹੜੇ ਦੂਜੇ ਕੋਣ ਲੋਕਾਂ ਨੂੰ ਜਿਤਾਉਣੀ ਹੈ ਚਾਹੇ ਪੰਨੂ ਹੋਵੇ ਚਾਹੇ ਕੋਈ ਵੀ ਹੋਵੇ ਅੱਜ ਪੰਨੂ ਤੋਂ ਪੈਸਾ ਇਹਨਾਂ ਦੇ ਖਾਤਿਆਂ 'ਚ ਆਇਆ ਉਹਨੇ ਆਪ ਲਾਈਵ ਹੋ ਕੇ ਦੱਸਿਆ ਵੀ 133 ਬਣੇ ਕਿੰਨੇ ਕਰੋੜ ਰੁਪਏ ਇਹਨਾਂ ਨੂੰ ਫੰਡਿੰਗ ਦਿੱਤੀ ਹੈ ਤੇ ਇਹ ਲੋਕ ਅੱਜ ਇਹ ਗੱਲਾਂ ਕਰਨਗੇ ਵੀ ਗੈਂਗਸਟਰਾਂ ਨੂੰ ਮਾਰਨ ਦੀਆਂ ਇਹ ਲੋਕ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਪੰਜਾਬ ਦਾ ਸਾਰਾ ਸਿਸਟਮ ਹਰਾ ਰਹੇ ਪੰਜਾਬ ਨੂੰ ਆਪਣੇ ਭਾਰਤ ਦੇ ਨਕਸ਼ੇ ਤੋਂ ਵੱਕਰੀ ਜਾਂਦੇ ਵੀ ਇਹ ਸਾਡਾ ਭਾਰਤ ਸਾਡਾ ਪੰਜਾਬ ਹੀ ਲੱਗ ਪਰ ਅਸੀਂ ਭਾਰਤ ਜਨਤਾ ਪਾਰਟੀ ਦਾ ਕੀ ਸਾਡਾ ਵਿਚਾਰ ਇਹ ਆ ਵੀ ਅਸੀਂ ਸਾਡਾ ਪੰਜਾਬ ਸਾਡਾ ਅਭੇ ਨੰਗ ਪੰਜਾਬ ਸਾਡੇ ਲਈ ਅਹਿਮੀਅਤ ਰੱਖਦਾ ਪੰਜਾਬ ਦੇ ਵਿੱਚ ਅਸੀਂ ਇਹੋ ਜਿਹੇ ਲੋਕ ਲੈ ਕੇ ਆਉਣੇ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਪੰਜਾਬ ਸਾਡਾ ਕਿੱਥੇ ਸੋਨੇ ਚਿੜੀ ਹੁੰਦਾ ਸੀ ਅੱਜ ਕੰਗਾਲ ਚਿੜੀ ਬਣੀ ਹੋਈ ਹੈ ਅੱਜ ਸਭ ਤੋਂ ਪਿੱਛੇ ਆ ਅੱਜ ਕੰਗਾਲੀ ਦੇ ਦੌਰ ਤੋਂ ਨਿਕਲ ਰਹੇ ਹਾਂ ਕੱਲੇ-ਕੱਲੇ ਬੰਦੇ ਦੇ ਉੱਪਰ 1.5 ਤੋਂ 2 ਲੱਖ ਕਰਜ਼ਾ ਹੈ ਸਾਰੇ ਜਿਹੜਾ ਕੰਗਾਲੀ ਦੀ ਗੱਲ ਕਰ ਰਹੇ ਹਾਂ ਤੇ ਕੰਗਾਲੀ ਦੇ ਵਿੱਚ ਤਾਂ ਕਿਤੇ ਕਿਸਾਨ ਵੀ ਬੜਾ ਅਹਿਮ ਰੋਲ ਅਦਾ ਕਰਦਾ ਹੈ ਔਰ ਕਿਉਂਕਿ ਇੱਕ ਵੱਡੇ ਜਿਹੜਾ ਵਾ ਰੋਲ ਅੰਨ ਦਾਤਾ ਕਿਹਾ ਜਾਂਦਾ ਹੈ ਹਰੇਕ ਦੇ ਮੂੰਹ ਦੇ ਵਿੱਚ ਅੰਨ ਪਾਣ ਵਾਲਾ ਅੰਨ ਦਾਤਾ ਅੱਜ ਬਾਰਡਰ ਦੇ ਉੱਤੇ ਬੈਠਾ ਜਾਂਦਾ ਇਸ ਚੀਜ਼ ਦਾ ਹੱਲ ਕਿਉਂ ਨਹੀਂ ਹੋ ਪਾਰਿਆ ਦੇਖੋ ਕੁਝ ਲੋਕ ਉਹਨਾਂ ਦੇ ਵਿੱਚ ਬੈਠੇ ਜਿਹੜਾ ਮਸਲੇ ਦਾ ਹੱਲ ਹੋਣੀ ਨਹੀਂ ਦੇਣਾ ਚਾਹੁੰਦੇ ਅੱਜ ਉਹਨਾਂ ਨੂੰ ਕੌਣ ਸਪੋਰਟ ਕਰ ਰਿਹਾ ਅੱਜ ਜਿਹੜੀ ਪੰਜਾਬ ਸਰਕਾਰ ਆ ਉਹ ਚਲਾ ਰਹੀ ਹੈ ਧਰਨੇ ਨੂੰ ਅਸੀਂ ਕਿਸਾਨਾਂ ਦੇ ਖਿਲਾਫ ਨਹੀਂ ਆ ਜਿਹੜੇ ਕਿਸਾਨ ਪਹਿਲਾਂ ਬੈਠੇ ਸੀਗੇ 2 ਸਾਲ ਧਰਨੇ ਤੇ ਬੈਠੇ ਆ ਉਹਨਾਂ ਦਾ ਵੀ ਮਸਲਾ ਹੱਲ ਕੀ ਤਾਂ ਵਾਪਸ ਆਏ ਨੇ ਇਹ ਸਾਡੇ ਜਿਹੜੇ ਕਿਸਾਨ ਭਰਾ ਬੈਠੇ ਆ ਅਸੀਂ ਤਾਂ ਇਹਨਾਂ ਨੂੰ ਅੱਗੇ ਕਿੰਨੀ ਵਾਰ ਇਹਨਾਂ ਦੀ ਮੀਟਿੰਗਸ ਹੋ ਚੁੱਕੀਆਂ ਨੇ ਚਾਹੇ ਹਰਿਆਣਾ ਸਰਕਾਰ ਦੇ ਨਾਲ ਪੰਜਾਬ ਦੇ ਵਿੱਚ ਸਾਡੇ ਕੇਂਦਰ ਦੇ ਮੰਤਰੀ ਆਏ ਆ ਇਹਨਾਂ ਨੂੰ ਮਿਲਣ ਵਾਸਤੇ ਪਰ ਇਹ ਮਸਲੇ ਦਾ ਹੱਲ ਹੀ ਨਹੀਂ ਹੋਣ ਦੇਣਾ ਚਾਹੁੰਦੇ ਕੁਝ ਲੋਕ ਵਿੱਚ ਇਹਨਾਂ ਦਾ ਮੋਟਾ ਵਰਤਿਆ ਜਾ ਰਿਹਾ ਕਿਸਾਨਾਂ ਦਾ ਇਹਨਾਂ ਨੂੰ ਖਰਾਬ ਕੀਤਾ ਜਾ ਰਿਹਾ ਇਹਨਾਂ ਦਾ ਮੋਟਾ ਵਰਤ ਕੇ ਇਹਨਾਂ ਦੇ ਧਰਨੇ ਦੇ ਵਿੱਚ ਖਾਲਿਸਤਾਨੀ ਏਜੰਡਾ ਚਲਾਇਆ ਜਾ ਰਿਹਾ ਇਹਨਾਂ ਦੇ ਧਰਨਿਆਂ ਦੇ ਵਿੱਚ ਕੋਈ ਹੋਰ ਗੱਲਾਂ ਕੀਤੀਆਂ ਜਾ ਰਹੀਆਂ ਜਿਹੜਾ ਮੁੱਖ ਮੂਲ ਸੀਗਾ ਧਰਨੇ ਦਾ ਉਹ ਤਾਂ ਵਿੱਚ ਹੀ ਖਤਮ ਹੋ ਚੁੱਕਿਆ ਅੱਜ ਬਾਰਡਰ ਤੁਸੀਂ ਬੰਦ ਕਰਕੇ ਬੈਠੇ ਹੋ ਪੰਜਾਬ ਦੇ ਅੱਜ ਪੰਜਾਬ ਦਾ ਨੁਕਸਾਨ ਕੀ ਦਾ ਪੰਜਾਬ ਦਾ ਹੀ ਤੁਸੀਂ ਕਹਿੰਦੇ ਹੋ ਅਸੀਂ ਸੈਂਟਰ ਦੇ ਖਿਲਾਫ ਧਰਨਾ ਲਾਉਣਾ ਤੇ ਜਾਓ ਭਾਈ ਧਰਨਾ ਉਹਨਾਂ ਨੂੰ ਆਪਣੀ ਗਲਤੀ ਕਰੋ ਪਹਿਲਾਂ ਧਰਨਾ ਲਾਉਣ ਤੋਂ ਪਹਿਲਾਂ ਮੀਟਿੰਗ ਕਰੋ ਗੱਲ ਕਰੋ ਜੇ ਤੁਹਾਡਾ ਮਸਲੇ ਦਾ ਹੱਲ ਨਹੀਂ ਤਾਂ ਫਿਰ ਤੁਸੀਂ ਧਰਨਾ ਲਾ ਲਓ ਤੁਸੀਂ ਅੱਜ ਬਾਰਡਰ ਹੀ ਬੰਦ ਕਰਤੇ ਪੰਜਾਬ ਦਾ ਪਹਿਲਾਂ ਹੀ ਜਲੂਸ ਨਿਕਲ ਰਿਹਾ ਤੇ ਹੋਰ ਅੱਜ ਨਿਕਲ ਰਿਹਾ ਆਰਥਿਕ ਮੰਦੀ ਸਾਡੀ ਇੰਡਸਟਰੀ ਯੂਪੀ ਨੇ ਮੱਧ ਪ੍ਰਦੇਸ਼ ਸਾਡੀ ਇੰਡਸਟਰੀ ਗੁਜਰਾਤ ਜਾ ਰਹੀ ਹੈ ਤੇ ਪੰਜਾਬ ਖਾਲੀ ਤੇ ਕਿਸਾਨ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਕੱਲੇ ਕਿਸਾਨ ਨਹੀਂ ਛੋਟੇ ਨਾ ਮਜ਼ਦੂਰ ਵੀ ਆ ਸਰ ਤੁਸੀਂ ਖਾਲੀ ਦੀ ਗੱਲ ਖਾਲੀ ਦੀ ਗੱਲ ਕੀਤੀ ਹੈ ਬੀਜੇਪੀ ਦੂਜੀਆਂ ਪਾਰਟੀਆਂ ਦੂਜੀ ਪਾਰਟੀਆਂ ਨੂੰ ਖਾਲੀ ਕਰਨੀ ਜਾਂਦੀ ਹੈ ਦੇਖੋ ਜੀ ਲੀਡਰਾਂ ਨੂੰ ਮਹਿਸੂਸ ਹੋ ਰਿਹਾ ਵੀ ਸਾਡੀਆਂ ਜਿਹੜੀਆਂ ਦੂਜੀਆਂ ਪਾਰਟੀਆਂ ਖਾਲੀ ਹੋ ਰਹੀਆਂ ਨੇ ਚਾਹੇ ਉਹ ਝਾੜੂ ਹੋਵੇ ਝਾੜੂ ਦਾ ਤਾਂ ਮੌਜੂਦਾ ਐਮਪੀ ਆ ਗਏ ਆ ਮੌਜੂਦਾ ਐਮਐਲਏ ਸ਼ੀਤਲੰਗਰਾਲ ਜੀ ਆ ਗਏ ਆ ਜੇ ਸਰਕਾਰ ਦੇ ਵਿੱਚੋਂ ਕਦੇ ਐਦਾਂ ਹੋਇਆ ਵੀ ਮੌਜੂਦਾ ਐਮਪੀ ਦੇ ਐਮਐਲਏ ਪਾਰਟੀ ਚ ਦੂਜੀ ਪਾਰਟੀ ਚ ਆਪੋਜੀਸ਼ਨ ਚ ਸ਼ਾਮਲ ਹੋ ਗਿਆ ਇਹ ਭਾਰਤੀ ਜਨਤਾ ਪਾਰਟੀ ਦਾ ਵਿਚਾਰ ਉਹਨਾਂ ਦੀ ਵਿਚਾਰਧਾਰਾ ਸਮਝ ਆ ਰਹੀ ਹੈ ਲੋਕਾਂ ਨੂੰ ਵੀ ਉਹ ਪੰਜਾਬ ਦੇ ਭਲੇ ਵਾਸਤੇ ਕੰਮ ਕਰ ਰਹੀ ਹੈ ਜਿਹੜੀ ਆਮ ਆਦਮੀ ਪਾਰਟੀ ਆ ਉਹ ਸਿਰਫ ਕੇਜਰੀਵਾੜੀ ਦੇ ਭਲੇ ਵਾਸਤੇ ਕੰਮ ਕਰ ਰਹੀ ਆ ਉਹਨਾਂ ਦਾ ਵਿਜ਼ਨ ਸਿਰਫ ਦਿੱਲੀ ਜਾ ਕੇ ਕੇਜਰੀਵਾੜੀ ਦੇ ਘਰ ਤੇ ਖਤਮ ਹੋ ਜਾਣਾ ਸੀ ਇਸ ਮੈਲ ਪਰ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਆ ਜਿਹੜੀ ਕਿਸੇ ਇੱਕ ਵਿਅਕਤੀ ਦੇ ਵਿਅਕਤੀ ਦੇ ਸਿਰ ਤੇ ਨਹੀਂ ਚੱਲਦੀ ਹੈ ਭਾਰਤੀ ਜਨਤਾ ਪਾਰਟੀ ਨੂੰ ਸੰਗਠਨ ਚਲਾ ਰਿਆ ਅੱਜ ਮੋਦੀ ਜੀ ਨੇ ਕੱਲ ਨੂੰ ਮੋਦੀ ਜੀ ਦੀ ਕਹਦੇ ਕੋਈ ਹੋਰ ਆਏਗਾ ਕੱਲ ਨੂੰ ਉਹਨਾਂ ਦੀ ਕਹਦੇ ਕੋਈ ਹੋਰ ਆਏਗਾ ਮੈਂ ਬੈਠਾ ਮੇਰੀ ਜਗ੍ਹਾ ਤੇ ਕੋਈ ਹੋਰ ਆਏਗਾ ਸੋ ਇਹ ਸੰਗਠਨ ਆ ਜਿਹਦੇ ਵਿੱਚ ਬਿਨਾਂ ਪਰਿਵਾਰਵਾਦ ਤੋਂ ਬਿਨਾਂ ਜਿਹੜੇ ਸਾਡੇ ਵਰਗੇ ਨੌਜਵਾਨ ਹੈਗੇ ਮੁੰਡੇ ਜਿਨ੍ਹਾਂ ਨੂੰ ਉਹ ਕੰਮ ਦੇ ਉਹਨਾਂ ਨੂੰ ਅੱਗੇ ਲੈ ਕੇ ਜਾਣਗੇ ਚਲੋ ਚਲਦੇ ਚਲਦੇ ਇੱਕ ਆਖਰੀ ਸਵਾਲ ਲੋਕੋ ਲੀਡਰਾਂ ਉੱਤੇ ਸਵਾਲ ਬੜੇ ਚੱਕਦੇ ਨੇ ਉਹ ਕਹਿੰਦੇ ਉਹਨਾਂ ਦਾ ਦੀਨ ਧਰਮ ਨਹੀਂ ਹੁੰਦਾ ਕਦੀ ਅੱਜ ਇਸ ਪਾਰਟੀ 'ਚ ਕੱਲ ਉਸ ਪਾਰਟੀ 'ਚ ਸਨੀ ਕੈਂਥ ਲੋਕ ਇਨਸਾਫ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਕੀ ਸਨੀ ਕੈਂਥ ਗੁਰੂ ਦੇ ਨਾਲ ਮਿਲ ਕੇ ਕਿਤੇ ਆਨਲਦਿਨਾਂ 'ਚ ਕਾਂਗਰਸ 'ਚ ਤਾਂ ਨਹੀਂ ਸ਼ਾਮਿਲ ਹੋ ਜਾਣਗੇ ਨਹੀਂ ਜੀ ਮੇਰੀ ਤਾਂ ਸਭ ਨੂੰ ਬੇਨਤੀ ਹੈ ਜੇ ਕੋਈ ਸੋਚਣ ਵੀ ਨਾ ਮੈਂ ਭਾਰਤੀ ਜਨਤਾ ਪਾਰਟੀ ਦਾ ਕਾਰਕਟਰਾਂ ਭਾਰਤੀ ਜਨਤਾ ਪਾਰਟੀ ਲਈ ਡਟ ਕੇ ਮੈਂ ਕਹਿੰਦਾ ਡਟ ਕੇ ਮੋਢੇ ਦੇ ਉੱਪਰ ਝੰਡਾ ਰੱਖ ਕੇ ਪਿੰਡਾਂ ਦੇ ਵਿੱਚ ਜਾਊਂਗਾ ਜਿਹੜੇ ਚੱਲਦੀਆਂ ਵੀ ਅੱਜ ਪਿੰਡਾਂ ਜਾਨੀ ਵੜਨ ਦੇਣਾ ਸੀ ਇੱਧਰ ਨਹੀਂ ਜਾਣਾ ਉੱਥੇ ਪਿੰਡਾਂ 'ਚ ਅੱਜ ਵੀ ਜਾਊਂਗਾ ਤੇ ਪਿੰਡਾਂ 'ਚ ਜਾਵਾਂਗੇ ਪਿੰਡਾਂ 'ਚ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਾਂਗੇ ਬੈਂਸ ਸਾਹਿਬ ਨੂੰ ਬੇਨਤੀ ਹੈ ਵੀ ਜੇ ਤੁਸੀਂ ਸਾਡੀ ਪਾਰਟੀ ਦੇ ਵਿਚਾਰਧਾਰਾ ਨਾਲ ਜੁੜੂਗੇ ਤਾਂ ਤੁਹਾਡੇ ਵਾਸਤੇ ਚੰਗਾ ਤੁਹਾਡੀ ਪੋਲੀਟੀਕਲ ਉਹਦੇ ਵਾਸਤੇ ਚੰਗਾ ਹੈ ਨਹੀਂ ਤਾਂ ਐਮਪੀ ਸਾਹਿਬ ਸਾਡੇ ਬਿੱਟੂ ਜੀ ਕਾਂਗਰਸ ਛੱਡ ਕੇ ਇੱਧਰ ਆ ਗਏ ਤੁਸੀਂ ਉਸ ਹਨ ਤਰੀਕੇ ਨਾਲ ਸੋਚੋ ਵੀ ਭਾਈ ਤੁਹਾਡੀ ਕੀ ਅਗੇ ਤੁਸੀਂ ਤੁਹਾਡੀ ਰਾਜਨੀਤਿਕ ਵਿਚਾਰ ਕੀ ਹੈ ਪਰ ਮੇਰੀ ਕੋਈ ਇਦਾਂ ਦਾ ਮੰਚ ਨਹੀਂ ਲਿਆ ਹੋਵੇ ਅਸੀਂ ਪਾਰਟੀ ਨਾਲ ਡਟ ਕੇ ਖੜੇ ਹਾਂ ਅੱਗੇ ਵੀ ਡਟ ਕੇ ਖੜੇ ਰਾਵਾਂਗੇ ਰਣਨੀਤ ਬਿੱਟੂ ਨਾਲ ਗਿਲੇ ਸ਼ਿਕਵੇ ਪਰਸਨਲੀ ਜਿਹੜੇ ਹੈਗੇ ਉਹ ਜੋਨ ਦੇ ਤੋਨੇ ਇਹ ਉਹ ਦੇਖੋ ਜੀ ਜਦ ਤੱਕ ਬੈਠ ਬੈਠਾਂਗੇ ਨਹੀਂ ਅਸੀਂ ਤਾਂ ਮੋਦੀ ਜੀ ਕਹਿੰਦੇ ਚਾਹੇ ਵਿਚਾਰ ਚਰਚਾ ਕਰੋ ਅਸੀਂ ਤਾਂ ਕਹਿੰਦੇ ਚਾਹੇ ਬੈਠਣਾ ਚਰਚਾ ਤਾਂ ਕਰੋ ਬਹਿ ਕੇ ਜੇ ਹੁਣ ਚਾਹੇ ਦੇ ਬਹਿ ਕੇ ਚਰਚਾ ਹੋਊਗੀ ਤਾਂ ਹੀ ਗੱਲ ਅੱਗੇ ਤੁਰੂਗੀ ਨਾ ਹੁਣ ਸੰਗਠਨ ਦੇ ਧਿਆਨ ਚ ਗੱ ਤੇ ਮੈਂ ਤਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਹੋ ਕੇ ਦੋ ਕਦਮ ਚੱਲੂਗਾ ਬਿੱਟੂ ਜੀ ਤੋਂ ਝੰਡਾ ਚੱਕ ਕੇ ਚੱਲੂਗਾ ਪਰ ਜਿਹੜੀ ਗੱਲ ਕਰਨ ਵਾਲੀ ਹੈ ਪਰ ਬਹਿ ਕੇ ਜ਼ਰੂਰ ਕਰਾਂਗੇ ਬਿਲਕੁਲ ਏਸੀਗੇ ਸਾਡੇ ਨਾਲ ਸਨੀ ਕੈਂਥ ਜਿਹੜੇ ਕਿ ਸਾਫ਼ ਕਹਿੰਦੇ ਹੋਏ ਨਜ਼ਰ ਆਏ ਨੇ ਰਮਨਿਤ ਬਿੱਟੂ ਦੇ ਸਪੋਰਟ ਕਰ ਰਹੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਹੁਣ ਉਹ 파ਟ ਬਣ ਚੁੱਕੇ ਨੇ ਤਾਂ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਕਰਕੇ ਹੀ ਉਹ ਰਮਨਿਤ ਸਿੰਘ ਬਿੱਟੂ ਦਾ ਜਿਹੜਾ ਵਾ ਝੰਡਾ ਚੱਕਣਗੇ ਪਰ ਜਿਹੜੇ ਦਿਲ ਦੇ ਵਿੱਚ ਗਿਲਾ ਸ਼ਿਕਵਾ ਹੈਗੇ ਨੇ ਉਹ ਜਿਉਂ ਦੇ ਤਿਉਂ ਹੈਗੇ ਨੇ ਕਿਉਂਕਿ ਚਾਹ ਦਾ ਉੱਤੇ ਚਰਚਾ ਕਰਨ ਦੀ ਗੱਲ ਕੀਤੀ ਗਈ ਹੈ ਔਰ ਚਾਹ ਹਜੇ ਤੱਕ ਉਹਨਾਂ ਨੇ ਉਹਨਾਂ ਨਾਲ ਨਹੀਂ ਪੀਤੀ ਹੈ ਦੇਖਣਾ ਇਹ ਹੋਵੇਗਾ ਹੁਣ ਚਾਹ ਕਦ ਪਿੰਦੇ ਨੇ ਔਰ ਸਨੀ ਕੈਂਤ ਦੇ ਗਿਲੇ ਸ਼ਿਕਵੇ ਕਦ ਦੂਰ ਹੁੰਦੇ ਨੇ ਉਧਾਂ ਤੋਂ ਰੋਹਿਤਗੜ੍ਹ న్యూਸ 18